ਸਟੇਜ 'ਤੇ ਬੈਠੇ ਹੋਏ ਬੁੱਧੀਜੀਵੀ ਚਿੰਤਕ ਅਤੇ ਮੇਰੇ ਥੱਲੇ ਮੇਰੇ ਸਾਹਮਣੇ ਮੇਰੇ ਸਾਰੇ ਹੀ ਜਿੰਨੇ ਵੀ ਵਿਅਕਤੀ ਬੈਠੇ ਨੇ ਬਹੁਤ ਹੀ ਸਮਾਜ ਦੇ ਚਿੰਤਕ ਨੇ, ਬੁੱਧੀਜੀਵੀ ਨੇ, ਸੋਚਵਾਨ ਨੇ। ਸਾਰਿਆਂ ਨੂੰ ਜੈ ਭੀਮ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜ਼ਿਆਦਾ ਸਮਾਂ ਹੋ ਗਿਆ, ਮੇਰਾ ਵੀ ਮਨ ਇਸ ਤਰ੍ਹਾਂ ਦਾ ਵੀ ਇੰਨਾ ਚਿਰ ਬੈਠ ਕੇ ਕਿਸੇ ਚੀਜ਼ 'ਤੇ ਸੁਣਨਾ ਅਤੇ ਗੱਲ ਕਰਨੀ ਬੜੀ ਔਖੀ ਲੱਗਦੀ ਹੈ। ਮੈਂ ਧੰਨਵਾਦ ਕਰੂੰਗਾ ਗੁਰਬਚਨ ਜੀ, ਸ਼ਾਇਦ ਬੈਠੇ ਨੇ ਜਾਂ ਚਲੇ ਗਏ ਨੇ, ਅਤੇ ਅਤਿੰਦਰਪਾਲ ਜੀ ਸਾਡੇ ਸਾਹਮਣੇ ਇੱਧਰ ਸਟੇਜ 'ਤੇ ਬੈਠੇ ਨੇ। ਦੋ ਵਿਅਕਤੀਆਂ ਨੇ ਕਿਤਾਬ 'ਤੇ ਗੱਲ ਕੀਤੀ ਆ, ਜਿਹਦਾ ਅੱਜ ਵਿਆਹ ਸੀ, ਬਕਾਇਦਾ ਉਹਦਾ ਸਿਹਰਾ ਪੜ੍ਹਿਆ। ਦੇਖੋ ਪਿਆਰੇ ਵੀਰੋ, ਮੇਰੀ ਗੱਲ ਮਹਿਸੂਸ ਨਾ ਕਰਿਓ, ਇਹ ਜਿਹੜੀ ਕਿਤਾਬ ਹੈ ਪੂਰੇ 2 ਸਾਲ ਇਹਨਾਂ ਨੂੰ ਮੇਰੇ ਨਾਲ 2 ਸਾਲ ਦਾ ਰਾਬਤਾ ਹੋਇਆ ਜਦੋਂ ਦੇ ਲਿਖ ਰਹੇ ਨੇ, ਅਤੇ ਪਹਿਲਾਂ ਲਿਖ ਰਹੇ ਹੋਣਗੇ ਮੈਨੂੰ ਪਤਾ ਨਹੀਂ। ਪੂਰੇ 2 ਸਾਲ ਤੋਂ ਇਹ ਰੈਫਰੈਂਸ ਬੁੱਕ ਇਹਨਾਂ ਨੇ ਤਿਆਰ ਕੀਤੀ ਹੈ, ਸਾਨੂੰ ਇਹਦੇ 'ਤੇ ਹੀ ਗੱਲ ਕਰਨੀ ਚਾਹੀਦੀ ਸੀ। ਮੈਂ ਬਜਾਏ ਇਸਦੇ ਵੀ ਹੋਰ ਗੱਲ ਕਰਾਂ, ਮੈਂ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਇਸ ਕਿਤਾਬ 'ਤੇ ਹੀ ਗੱਲ ਕਰਾਂ। 2-4 ਗੱਲਾਂ ਜਿਹੜੀਆਂ ਮੇਨ ਨੇ ਉਹ ਕਰਨ ਵਾਲੀਆਂ ਨੇ। ਆਹ ਜਿਹੜਾ ਪ੍ਰਸ਼ਨ ਪੈਦਾ ਹੋਇਆ ਵੀ ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ, ਇਹ ਸਾਡੇ ਕੋਲ ਗੱਲ ਕਿੱਥੋਂ ਆਈ? ਇਹ ਗੱਲ ਬੈਠੇ ਨੇ ਲੇਖਕ ਸਾਹਿਬ, ਕਿਤਾਬ ਵਿੱਚ ਦਰਜ ਹੈ, ਇਹ ਬਕਾਇਦਾ ਤੌਰ 'ਤੇ ਮਨਘੜਤ ਸ਼ਬਦ ਨੇ, ਮਨਘੜਤ ਗੱਲ ਹੈ। ਵਿਅਕਤੀ ਇੱਕ ਬੈਠੇ ਨੇ 1964 ਵਿੱਚ ਚੰਡੀਗੜ੍ਹ ਬਾਰ ਵਿੱਚ, ਚੰਡੀਗੜ੍ਹ ਬਾਰ ਵਿੱਚ ਬੈਠੇ ਨੇ। ਉਹ ਚੰਡੀਗੜ੍ਹ ਬਾਰ ਵਿੱਚ ਬੈਠੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਸਰਦਾਰ ਕਪੂਰ ਸਿੰਘ ICS ਨੂੰ ਗੱਲ ਸੁਣਾਉਂਦੇ ਨੇ। ਉਹ ਲਿਖਦੇ, ਇਹਨਾਂ ਨੇ ਲਿਖਿਆ ਵੀ ਕਥਾ ਸੁਣਾਉਂਦੇ ਨੇ, ਉਹ ਗੱਲ ਸੁਣਾਉਂਦੇ ਨੇ। ਕਹਿੰਦੇ ਭਾਈ ਗੱਲ ਇਹ ਹੈ ਵੀ ਡਾਕਟਰ ਅੰਬੇਡਕਰ ਸਿੱਖ ਇਸ ਤਰ੍ਹਾਂ ਨਹੀਂ ਬਣ ਸਕੇ, ਅਤੇ ਕਪੂਰ ਸਿੰਘ ICS ਨੇ ਜਿਹੜਾ ਸੱਚੀ ਸਾਖੀ ਵਿੱਚ ਰੈਫਰੈਂਸ ਦਿੱਤਾ ਹੈ ਉਹ ਉਹਨਾਂ ਦੇ ਸਾਥੀ ਐਡਵੋਕੇਟ ਜਿਹੜਾ ਕਿ ਲਾਹੌਰ ਵਿੱਚ ਉਸ ਟਾਈਮ ਪੁਰਾਣੇ ਸਮੇਂ ਵਿੱਚ ਲਾਹੌਰ ਵਿੱਚ ਆਪਣੀ ਪ੍ਰੈਕਟਿਸ ਕਰਦਾ ਸੀ, ਉਹਨੇ ਆਪ ਨਹੀਂ ਸੀ ਸੁਣਿਆ। ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ, ਉਹਨੇ ਆਪ ਨਹੀਂ ਸੀ ਸੁਣਿਆ, ਉਹਨੇ ਆਪਣੇ ਗੁਆਂਢੀ ਤੋਂ ਸੁਣਿਆ ਸੀ, ਹਰਨਾਮ ਸਿੰਘ ਤੋਂ। ਹਰਨਾਮ ਸਿੰਘ ਕੌਣ ਸੀ? ਹਰਨਾਮ ਸਿੰਘ ਉਸ ਟਾਈਮ ਅਕਾਲੀ ਲੀਡਰ ਜਾਂ ਲੀਡਰੀ ਕਰਦਾ ਸੀ ਜਾਂ ਅਕਾਲੀ ਲੀਡਰਾਂ ਦੇ ਨਾਲ ਸਮਾਰ ਸੀ। ਉਹਨਾਂ ਦਿਨਾਂ 'ਚ ਅਕਾਲੀ ਲੀਡਰ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਕਰਤਾਰ ਸਿੰਘ ਜੀ, ਈਸ਼ਰ ਸਿੰਘ ਮਝੈਲ ਜੀ, ਮਾਸਟਰ ਤਾਰਾ ਸਿੰਘ ਜੀ, ਉਹ ਉਹਨਾਂ ਦੇ ਨਾਲ ਸੀ ਵਿਅਕਤੀ। ਉਹਦੇ ਐਡਵੋਕੇਟ ਦੇ ਗੁਆਂਢੀ ਨੇ, ਉਹ ਵੀ ਐਡਵੋਕੇਟ ਸੀ, ਉਹਨੂੰ ਦੱਸੀ, ਉਹਨੇ ਜਾ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਪੂਰ ਸਿੰਘ ICS ਜਿਹੜੇ ਕਿ DC 1949 ਵਿੱਚ ਉਹਨਾਂ ਨੂੰ ਬਰਤਰਫ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਦੱਸੀ, ਉਹਨਾਂ ਨੇ ਇਹ ਪੁਸਤਕ ਵਿੱਚ ਲੈ ਆਂਦੀ। ਉਹ ਗੱਲ ਜਿਹੜੀ ਕਿ ਸੁਣੀ ਸੁਣਾਈ, ਜਿਹਨੂੰ ਅਸੀਂ ਅੰਗਰੇਜ਼ੀ ਹੀਅਰਸੇ ਕਹਿ ਲੈਂਦੇ ਹਾਂ, ਸੁਣੀ ਸੁਣਾਈ ਸਾਡੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਕੋਲ ਗਈ, ਉਹਨਾਂ ਨੇ ਸੱਚੀ ਸਾਖੀ ਵਿੱਚ ਦਰਜ ਕਰਤੀ। ਉਹ ਸੱਚੀ ਸਾਖੀ ਆ ਜਿਹੜੀ, ਉਹ ਜਦੋਂ ਆਹ ਅਸੀਂ ਕਿਤਾਬ ਪੜ੍ਹਦੇ ਹਾਂ, ਆਹ ਕਿਤਾਬ ਦੇ ਰੈਫਰੈਂਸ ਇਹਦੇ ਵਿੱਚ ਜਿਹੜੇ ਡਾਕਟਰ ਅੰਬੇਡਕਰ ਦੀ ਸਿੱਖ ਕਿਉਂ ਨਹੀਂ ਬਣ ਸਕੇ, ਇਹਦੇ ਵਿੱਚ ਜਿੰਨੇ ਵੀ ਆਏ ਨੇ ਉਹ ਸਾਰੀ ਦੀ ਸਾਰੀ ਸੱਚੀ ਸਾਖੀ ਆ ਜਿਹੜੀ ਉਹ ਰਿਜੈਕਟ ਹੋ ਜਾਂਦੀ ਆ। ਮਾਫ਼ ਕਰਨਾ, ਮੈਨੂੰ ਇਹ ਸ਼ਬਦ ਵਰਤਣਾ ਪੈ ਰਿਹਾ, ਭਾਈ ਸਾਹਿਬ ਇੱਥੇ ਬੋਲ ਕੇ ਗਿਆ, ਉਹ ਕਹਿੰਦੇ ਨੇ ਮੈਂ ਤਾਂ ਕਹਿਣਾ ਹੁੰਦਾ ਝੂਠੀ ਸਾਖੀ, ਪਰੰਤੂ ਮੈਂ ਇਹ ਨਹੀਂ ਕਹਿੰਦਾ।
ਕਿਉਂਕਿ ਸਰਦਾਰ ਕਪੂਰ ਸਿੰਘ ਦੀਆਂ ਤਿੰਨ ਕਿਤਾਬਾਂ ਨੇ ਪੰਜਾਬੀ ਲਿਟਰੇਚਰ ਵਿੱਚ, ਉਹਨਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਨਾਂ, ਮੈਂ ਮੰਨਦਾ ਉਹਨਾਂ ਦਾ, ਅਸੀਂ ਪੋਸਟ ਗ੍ਰੈਜੂਏਸ਼ਨ ਦੇ ਐਮਏ ਦੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਦਾ ਬਹੁਤ ਉੱਚਾ ਨਾਂ। ਪਰੰਤੂ ਇਹ ਇੱਕ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਆ ਗਈ ਜਿਹਨੂੰ ਆਪਾਂ ਇੱਥੇ ਕਲੈਰੀਫਾਈ ਕਰਨਾ। ਕਲੈਰੀਫਾਈ ਇਹਨਾਂ ਨੇ ਕਰ ਦਿੱਤਿਆ, ਅਸੀਂ ਤੁਹਾਨੂੰ ਦੱਸਣਾ। ਦੱਸਣਾ ਕਿਵੇਂ ਹੈ? ਅਸੀਂ ਜਿਨ੍ਹਾਂ ਨੇ ਕਿਤਾਬ ਪੜ੍ਹੀ ਸੀ, ਦਿੰਦਰਪਾਲ ਸਿੰਘ ਜੀ, ਗੁਰਬਚਨ ਸਿੰਘ ਜੀ ਨੇ ਦੱਸਿਆ, ਇਹਨਾਂ ਨੇ ਪੈਸੋ ਤੋਂ ਪਹਿਲਾਂ ਕੀ ਨੋਟ ਪੜ੍ਹਿਆ, ਕੀ ਨੋਟ ਵਿੱਚ ਸਪਸ਼ਟ ਕੀਤਾ ਇਹ ਸਾਰੀ ਗੱਲ ਵੀ ਆਹ ਸਾਡਾ ਮੁੱਦਾ, ਆਹ ਵਿਸ਼ਾ, ਇਹਦੇ ਵਿੱਚ ਅਸੀਂ ਗੱਲ ਕਰਨੀ ਆ। ਹੁਣ ਮੈਂ ਤੁਹਾਡੇ ਨਾਲ ਇਹੀ ਗੱਲ ਰੱਖ ਰਿਹਾ, ਮੈਂ ਜ਼ਿਆਦਾ ਦੇਰ ਨਹੀਂ ਤੁਹਾਡੇ ਵਿੱਚ ਰਹਾਂਗਾ, ਕਿ ਇਹ ਗੱਲ ਕਿੱਥੋਂ ਸ਼ੁਰੂ ਹੋਈ ਸੀ। ਸ਼ੁਰੂ ਇੱਥੋਂ ਹੋਈ ਸੀ, ਬਾਅਦ ਵਿੱਚ ਮੈਂ ਦੋ ਗੱਲਾਂ ਸਿਰਫ ਜਾਂ ਇੱਕੋ ਹੀ ਗੱਲ ਕਰੂੰਗਾ ਕਿ ਡਾਕਟਰ ਅੰਬੇਡਕਰ ਨੂੰ ਇਹ ਵਿਚਾਰ ਕਿਉਂ ਪੈਦਾ ਹੋਇਆ ਵੀ ਸਿੱਖ ਧਰਮ ਜਾਂ ਮੈਂ ਧਰਮ ਬਦਲ ਲਵਾਂ। ਜਦੋਂ ਡਾਕਟਰ ਅੰਬੇਡਕਰ ਜੀ ਪੜ੍ਹ ਕੇ ਆਉਂਦੇ ਨੇ ਬੜੌਦਾ ਰਿਆਸਤ ਵਿੱਚ, ਲੈਫਟੀਨੈਂਟ ਦੇ ਤੌਰ 'ਤੇ ਭਰਤੀ ਹੋ ਜਾਂਦੇ ਨੇ, ਉੱਥੇ ਨੌਕਰੀ ਕਰਦੇ ਨੇ, ਅਤੇ ਉਹ ਨੌਕਰੀ ਕਿੰਨੇ ਦਿਨ ਕੀਤੀ ਹੈ? ਸਿਰਫ 11 ਦਿਨ। 11 ਦਿਨ ਨੌਕਰੀ ਕਰਦੇ ਨੇ ਲੈਫਟੀਨੈਂਟ ਦੀ। ਉਹਨਾਂ ਨੂੰ 11 ਦਿਨਾਂ ਦੇ ਵਿੱਚ ਇਹ ਅਹਿਸਾਸ ਕਰਾ ਦਿੱਤਾ ਵੀ ਭਾਈ ਸਾਹਿਬ ਤੂੰ ਜਿਹੜਾ ਹੈਗਾ ਇਸ ਜਾਤ ਦਾ ਵਿਅਕਤੀ ਹੈ, ਅਤੇ ਅਸੀਂ ਤੈਨੂੰ ਇੱਥੇ ਕਿਵੇਂ ਨੌਕਰੀ ਕਰਨ ਦੀ ਹੈ? ਅਸੀਂ ਤੂੰ ਉੱਪਰ ਬੈਠ ਗਿਆ ਸਾਡੇ, ਅਤੇ ਅਸੀਂ ਤੇਰੇ ਥੱਲੇ ਥੋੜ੍ਹੀ, ਉਹ ਚਪੜਾਸੀ ਵੀ ਉਹਦੇ ਮੂਹਰੇ ਫੈਲਾਂ ਸੁੱਟ ਦਿੰਦੇ ਸੀ, ਪਾਣੀ ਉਹਨੂੰ ਪਿਲਾਇਆ ਨਹੀਂ ਸੀ ਜਾਂਦਾ, ਇਹ ਸਾਰਾ ਕੁਝ ਮੈਂ ਇੱਕ ਕੁਝ ਬੋਲਣਾ ਨਹੀਂ ਸੀ ਚਾਹੁੰਦਾ। ਪਰੰਤੂ 11 ਦਿਨਾਂ ਬਾਅਦ ਉਹ ਰਿਜਾਇਨ ਕਰਕੇ ਬੰਬੇ ਆ ਗਏ। ਪਹਿਲੀ ਜਿਹੜੀ ਸੱਟ ਇਹ ਵੱਜੀ, ਅਤੇ ਉਹ ਤੋਂ ਬਾਅਦ ਉਹ ਫੈਸਲਾ ਇੱਥੋਂ ਲੈਂਦੇ ਨੇ। ਇਦੋਂ ਪਹਿਲਾਂ ਸ਼ੁਰੂ ਤੋਂ ਬਹੁਤ ਸਾਰੀਆਂ ਘਟਨਾਵਾਂ ਨੇ ਜਿੱਥੋਂ ਉਹ ਬਦਲੀ ਦਾ, ਧਰਮ ਬਦਲੀ ਦਾ ਫੈਸਲਾ ਲੈਂਦੇ ਨੇ, ਉਹ ਬਹੁਤ ਸਾਰੀਆਂ, ਇੱਥੇ ਨਹੀਂ ਗੱਲ ਕੀਤੀ ਜਾ ਸਕਦੀ। ਪਰੰਤੂ ਜਦੋਂ ਉਹ ਜਿਉਲਾ ਦੀ 35 'ਚ ਹੋਈ ਜਿਹੜੀ ਕਾਨਫਰੰਸ ਵਿੱਚ ਧਰਮ ਬਦਲੀ ਦਾ ਫੈਸਲਾ ਲੈ ਲੈਂਦੇ ਨੇ, ਇਹ ਕਿੰਨੇ ਟਾਈਮ ਦੀ ਗੱਲ ਹੈ? 1920 'ਚ ਉਹ ਦੋ ਆਪਣੇ ਅਖਬਾਰ ਕੱਢਦੇ ਨੇ, ਮੂਕ ਨਾਇਕ, ਬਹਿਸਕਰ ਭਾਰਤ, ਉਹ ਤੋਂ ਬਾਅਦ ਉਹਦੇ 'ਚੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਛੋਟੀਆਂ ਛੋਟੀਆਂ ਨੌਕਰੀਆਂ ਵੀ ਕਰਦੇ ਨੇ, ਵਕਾਲਤ ਵੀ ਕਰਦੇ ਨੇ, ਕਈ ਕੁਝ ਕਰਦੇ ਨੇ ਆਪਣੀ ਰੋਟੀ ਚਲਾਉਣ ਲਈ। ਪਰੰਤੂ ਉਹਨਾਂ ਦਾ ਮੂਲ ਰੂਪ ਵਿੱਚ ਜਦੋਂ ਉਹਨਾਂ ਨੂੰ ਸ਼ਾਹੂ ਜੀ ਮਹਾਰਾਜ ਨੇ ਸਟੇਜ 'ਤੇ ਬਿਠਾ ਕੇ ਲੋਕਾਂ ਨੂੰ ਕਹਿ ਦਿੱਤਾ ਵੀ ਇਹ ਤੁਹਾਡਾ ਮਸੀਹਾ, ਅਤੇ ਉਸ ਦਿਨ ਤੋਂ ਉਹਨਾਂ ਦਾ ਰਾਜਨੀਤਿਕ ਸਫ਼ਰ ਸ਼ੁਰੂ ਹੁੰਦਾ ਹੈ, ਅਤੇ ਇਹ 35 'ਤੇ ਰਾਜਨੀਤਿਕ ਸਫ਼ਰ ਵਿੱਚ ਬਹੁਤ ਥੋੜ੍ਹਾ ਜਿਹਾ ਜਿਹੜਾ ਅੰਤਰ ਹੈ, ਬਹੁਤਾ ਅੰਤਰ ਨਹੀਂ, ਕਿ ਉਹਨਾਂ ਨੇ 1927 ਵਿੱਚ ਪਹਿਲੀ ਵਾਰੀ ਸਾਈਮਨ ਕਮਿਸ਼ਨ ਦੇ ਮੂਹਰੇ ਸਾਡੀਆਂ ਮੰਗਾਂ ਰੱਖੀਆਂ ਸੀ। ਸਾਡੀਆਂ ਮੰਗਾਂ ਮੈਂ ਸ਼ਬਦ ਵਰਤ ਰਿਹਾ, ਸਾਈਮਨ ਕਮਿਸ਼ਨ ਦੇ ਮੂਹਰੇ ਪਹਿਲੀ ਵਾਰੀ ਉਹਨਾਂ ਨੇ ਸਾਡੀਆਂ ਮੰਗਾਂ ਰੱਖੀਆਂ ਸੀ ਵੀ ਮੇਰੀ ਆਹ ਕਮਿਊਨਿਟੀ ਹੈ, ਇਹਦੀ ਆਹ ਸਥਿਤੀ ਹੈ, ਸਾਨੂੰ ਆਹ ਕੁਝ ਚਾਹੀਦਾ, ਅਸੀਂ ਬਿਲਕੁਲ ਇਸ ਦੇਸ਼ ਵਿੱਚ, ਇਹ ਲੋਕ ਜਿਹੜਾ ਦੇਸ਼ ਆ ਅੰਗਰੇਜ਼ਾਂ ਦਾ ਗੁਲਾਮ ਹੈ, ਅਤੇ ਅਸੀਂ ਇਸ ਦੇਸ਼ ਵਿੱਚ ਇਹਨਾਂ ਗੁਲਾਮਾਂ ਦੇ ਅੱਗੇ ਗੁਲਾਮ ਹਾਂ, ਸਾਨੂੰ ਆਜ਼ਾਦ ਕਰਾਓ। ਇਹ ਸਾਰੀ ਪੂਰੀ ਦੀ ਪੂਰੀ ਕਿਤਾਬ ਵਿੱਚ ਇਸ ਤਰ੍ਹਾਂ ਦੇ ਮੁਕੰਮਲ ਰੈਫਰੈਂਸ ਸਾਨੂੰ ਮਿਲਦੇ ਨੇ, ਅਤੇ ਇਹ ਜਦੋਂ ਉਹਦੇ ਬੇਸ ਦੇ ਉੱਤੇ ਸਾਈਮਨ ਕਮਿਸ਼ਨ ਆਇਆ ਸੀ, ਅਤੇ ਸਾਈਮਨ ਕਮਿਸ਼ਨ ਦੇ ਉਹ ਰਿਪੋਰਟਾਂ ਦੇ ਬੇਸ ਦੇ ਉੱਤੇ ਜਦੋਂ 1932 ਦਾ ਸਮਝੌਤਾ ਆਇਆ, ਉਹਦੇ ਵਿੱਚ ਸਾਨੂੰ ਜਿਉਣ ਦੇ ਹੱਕ ਮਿਲ ਗਏ।
ਜਿਹੜੇ ਜਾਣ ਦੇ ਹੱਕ ਮਿਲ ਗਏ। ਹੁਣ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਅਸੀਂ ਕਿਉਂਕਿ ਵੱਖ ਵੱਖ ਜਥੇਬੰਦੀਆਂ ਨਾਲ ਪਾਰਟੀਆਂ ਨਾਲ ਬਹੁਤ ਥਾਵਾਂ 'ਤੇ ਜੁੜੇ ਹੋਏ ਹਾਂ, ਸਾਨੂੰ ਬੜੇ ਇਤਰਾਜ਼ ਹੋ ਜਾਂਦੇ ਨੇ। ਉੱਥੇ ਸਭ ਤੋਂ ਪਹਿਲਾਂ ਜਿਹੜਾ ਉਹਦਾ ਵਿਰੋਧ ਕਰਨ ਵਾਲਾ ਜਿਹੜਾ ਵਿਅਕਤੀ ਹੈ, ਉਹ ਅਸੀਂ ਉਹਨੂੰ ਮਹਾਤਮਾ ਗਾਂਧੀ ਨੂੰ ਮੰਨ ਲੈਂਦੇ, ਪਰੰਤੂ ਜਿਹੜੀ ਕਾਂਗਰਸ ਚੱਲ ਰਹੀ ਸੀ ਤਾਂ ਉਹ ਗਾਂਧੀ ਦੀ ਸਰਪ੍ਰਸਤੀ ਹੇਠ ਹੀ ਚੱਲ ਰਹੀ ਸੀ। ਇਟ ਮੀਨਸ ਇੰਡੀਅਨ ਨੈਸ਼ਨਲ ਕਾਂਗਰਸ ਵੀ ਉਹਦੇ ਵਿੱਚ ਜ਼ਿੰਮੇਵਾਰ ਸੀ ਕਿ 1932 ਦਾ ਸਮਝੌਤਾ ਆਪਾਂ ਲਾਗੂ ਨਹੀਂ ਹੋਣ ਦੇਣਾ, ਅਤੇ 1932 ਦਾ ਸਮਝੌਤਾ ਜੇਕਰ ਲਾਗੂ ਹੋ ਜਾਂਦਾ ਤਾਂ ਇਹ ਸਾਰਾ ਜਿਹੜਾ ਇਹ ਅਸੂਤ ਲੋਕ ਨੇ ਜਿਨ੍ਹਾਂ ਨੂੰ ਅਸੀਂ ਇੰਨੀ ਦੇਰ ਪਹਿਲਾਂ ਗੁਲਾਮ ਬਣਾ ਕੇ ਰੱਖਿਆ ਹੋਇਆ, ਇਹ ਸਾਰੇ ਆਜ਼ਾਦ ਹੋ ਜਾਣਗੇ। ਇਹ ਬਕਾਇਦਾ ਇਹਦੇ ਵਿੱਚ ਇਹ ਰੈਫਰੈਂਸ ਬੁੱਕ ਸਾਰੀਆਂ ਗੱਲਾਂ ਇਹ ਸਾਹਿਬ ਮੱਲ ਸਿੰਘ ਜੀ ਨੇ ਦਰਜ ਕੀਤੀਆਂ ਨੇ, ਸਿਰਫ ਅਸੀਂ ਪੜ੍ਹਨੀਆਂ ਨੇ। ਅਤੇ ਉਹ ਤੋਂ ਬਾਅਦ ਜਦੋਂ 35 'ਚ ਜੌਲਾ ਜੀ ਇੱਥੇ ਉਹ ਐਲਾਨ ਕਰ ਦਿੰਦੇ ਨੇ ਵੀ ਮੈਂ ਹਿੰਦੂ ਜੰਮਿਆ ਅਤੇ ਮਰਾਂਗਾ ਨਹੀਂ, ਅਤੇ ਫਿਰ ਕਾਂਗਰਸ ਵਿੱਚ ਹਾਹਾਕਾਰ ਮੱਚਦੀ ਹੈ। ਇੱਕ ਵਾਰੀ ਤਾਂ ਸਾਡਾ 1932 ਦਾ ਪੂਨਾ ਪੈਕਟ ਸਾਨੂੰ ਸਭ ਤੋਂ ਬਹੁਤ ਕੁਝ ਉਹਦੇ 'ਚ ਖੋਹ ਲਿਆ ਗਿਆ, ਫਿਰ ਹਾਹਾਕਾਰ ਮੱਚ ਜਾਂਦੀ ਹੈ। ਜੇਕਰ ਇਹ ਡਾਕਟਰ ਅੰਬੇਡਕਰ ਕਿਸੇ ਧਰਮ ਵੱਲ ਚਲਾ ਜਾਂਦਾ ਤਾਂ ਸਾਰੇ ਦੇ ਸਾਰੇ ਜਿਹੜੇ ਅਸੀਂ ਘੱਟ ਗਿਣਤੀ ਚਲੇ ਜਾਵਾਂਗੇ, ਜਿੰਨੇ ਅਸੂਤ ਨੇ ਸਾਰੇ ਫਿਰ ਇਹ ਕਿਸੇ ਧਰਮ ਵਿੱਚ ਚਲੇ ਜਾਣਗੇ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸ਼ੁਰੂ ਤੋਂ ਹੀ ਸਿੱਖ ਧਰਮ ਵੱਲ ਜਾਣ ਦੇ ਰੁਚੀ ਰੱਖਦੇ ਸਨ, ਅਤੇ ਉਹਨਾਂ ਨੇ ਆਪਣੇ ਬਹੁਤ ਸਾਰੇ ਜਿਹੜੇ ਵਿਚਾਰ ਪ੍ਰਗਟ ਵੀ ਕੀਤੇ ਨੇ, ਅਤੇ ਬਕਾਇਦਾ ਤੌਰ 'ਤੇ ਉਹ ਸਿੱਖ ਧਰਮ ਵਿੱਚ ਜਾਣ ਲਈ 1936 ਦੇ ਵਿੱਚ ਵਿਸਾਖੀ ਨੂੰ ਇੱਥੇ ਆਏ, ਬੱਗੀ ਵਿੱਚ ਬਿਠਾਇਆ ਗਿਆ, ਸ਼ੋਭਾ ਯਾਤਰਾ ਕੱਢੀ ਗਈ, ਸਿਰ 'ਤੇ ਪਗੜੀ ਬੰਨ੍ਹੀ ਗਈ। ਅੱਜ ਮੈਂ ਪਹਿਲੀ ਵਾਰ ਦੇਖਿਆ ਬਾਬਾ ਸਾਹਿਬ ਦੇ ਸਿਰ 'ਤੇ ਪਗੜੀ ਬੰਨ੍ਹੀ ਹੋਈ ਹੈ। ਜੇਕਰ ਤੁਸੀਂ ਉਸ ਟਾਈਮ ਦੇ ਉਹ ਬੱਗੀ ਦਾ ਦ੍ਰਿਸ਼ 'ਤੇ ਅਖਬਾਰ ਦੇਖ ਲਵੋ, ਉਸ ਟਾਈਮ ਦਾ ਇੰਗਲਿਸ਼ ਅਖਬਾਰ ਦੇਖ ਲਵੋ, ਤਾਂ ਬਕਾਇਦਾ ਤੌਰ 'ਤੇ ਉੱਥੇ ਪਗੜੀ ਬੰਨ੍ਹੀ ਹੋਈ ਹੈ। ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਵੀ ਇੱਥੇ ਕਿਉਂ ਬੰਨ੍ਹਤੀ, ਬੰਨ੍ਹੀ ਹੋਈ ਹੈ ਪਗੜੀ, ਪਗੜੀ ਬੰਨ੍ਹ ਕੇ ਹੀ ਉਹਨਾਂ ਨੇ ਯਾਤਰਾ ਕੀਤੀ ਬਕਾਇਦਾ ਤੌਰ 'ਤੇ ਇਹ ਅੰਮ੍ਰਿਤਸਰ ਦੇ ਵਿੱਚ। ਫਿਰ ਭਤੀਜੇ ਨੇ ਅਤੇ ਹੋਰਾਂ ਨੇ ਇੱਥੇ ਬਕਾਇਦਾ ਤੌਰ 'ਤੇ ਸਾਰਾ ਕੁਝ ਹੋਇਆ। ਫਿਰ ਇਹ ਕਿਤਾਬ ਵਿੱਚ ਮੈਂ ਕਿਤਾਬ ਦਾ ਜ਼ਿਕਰ ਵਾਰ ਵਾਰ ਇਸ ਲਈ ਕਰ ਰਿਹਾ ਕਿ ਆਪਾਂ ਮੱਲ ਸਿੰਘ ਜੀ ਦੀ ਜਿਹੜੀ ਇਹ ਰੈਫਰੈਂਸ ਬੁੱਕ ਹੈ, ਇੱਕ ਥੀਸਿਸ ਵਰਗੀ ਬੁੱਕ ਹੈ, ਅਤੇ ਇਹਦੇ 'ਤੇ ਆਪਾਂ ਬਕਾਇਦਾ ਤੌਰ 'ਤੇ ਚਰਚਾ ਕਰਨੀ ਆ ਅਤੇ ਇਹਨੂੰ ਪੜ੍ਹਨਾ। ਜਿਨ੍ਹਾਂ ਨੇ ਨਹੀਂ ਪੜ੍ਹੀ ਮੈਂ ਤੁਹਾਨੂੰ ਪ੍ਰੇਰ ਰਿਹਾ ਵੀ ਇਹਦਾ ਅੱਖ ਅੱਖਰ ਪੜ੍ਹੋ। 558 ਪੰਨੇ ਇਹਦੇ ਲਈ ਥੋੜ੍ਹੇ ਸੀ, ਵੱਧ ਵੀ ਸਕਦੇ ਸੀ, ਕੋਈ ਗੱਲ ਨਹੀਂ। ਕੋਈ ਇਸਨੇ ਵਿਅਕਤੀ ਨੇ ਕਿਹਾ ਵੀ ਛੋਟੀ ਲਿਖ ਦਿਓ, ਨਹੀਂ, ਸਾਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਅਤੇ ਉਹ ਬਕਾਇਦਾ ਤੌਰ 'ਤੇ ਜਿਹੜੀ ਗੱਲ 'ਤੇ ਭਾਈ ਸਾਹਿਬ ਜੀ ਤਿੰਦਰਪਾਲ ਸਿੰਘ ਜੀ ਬੋਲ ਰਹੇ ਸੀ, ਮੇਰੇ ਵੀਰਾਂ ਨੇ ਥੋੜ੍ਹਾ ਜਿਹਾ ਹਿਊ ਐਂਡ ਕ੍ਰਾਈ ਵੀ ਕੀਤਾ, ਉਹ ਬਕਾਇਦਾ ਤੌਰ 'ਤੇ ਭਾਈ ਸਾਹਿਬ ਆਹ ਰੈਫਰੈਂਸ ਪਿਆ ਮੱਲ ਸਿੰਘ ਜੀ ਦਾ, ਅਤੇ ਇੱਥੇ ਬਕਾਇਦਾ ਤੌਰ 'ਤੇ ਇਹਨਾਂ ਨੇ ਜਿਹੜਾ ਸਟੇਟਮੈਂਟ ਬਣਾਈ ਗਈ ਜਦੋਂ ਡਾਕਟਰ ਅੰਬੇਡਕਰ ਜੀ ਨੂੰ ਧਰਮ ਬਦਲੀ ਤੋਂ ਮਜਬੂਰ ਕਰ ਦਿੱਤਾ ਗਿਆ, ਨਾਂ ਸਾਰੇ ਦੱਸ ਦਿੱਤੇ ਨੇ, ਨਾਂ ਦੱਸਤੇ, 5-6 ਨਾਂ ਨੇ। ਮਹਾਤਮਾ ਗਾਂਧੀ ਤੋਂ ਸ਼ੁਰੂ ਹੁੰਦਾ, ਮਾਲਵੀਆ ਵੀ ਵਿੱਚ ਆ ਜਾਂਦਾ, ਹੋਰ ਵੀ ਸਾਰੇ, ਇਹ ਈਵਨ ਬਿਰਲਾ ਸੇਠ ਦਾ ਨਾਂ ਭਾਈ ਸਾਹਿਬ ਕਹਿੰਦੇ ਸੀ ਨਹੀਂ ਹੈਗਾ, ਬੜੀ ਚੰਗੀ ਤਰ੍ਹਾਂ ਲਿਖਿਆ, ਜੁਗਲ ਕਿਸ਼ੋਰ ਵੀ ਲਿਖਿਆ ਆ, ਅਤੇ ਉਹ ਪੂਰਾ ਨਾਂ ਹੈਗਾ, ਸਾਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ। ਅਤੇ ਉਹ ਬਕਾਇਦਾ ਤੌਰ 'ਤੇ 5-6 ਨਾਂ ਵਾਰ ਵਾਰ ਰਿਪੀਟ ਹੋਏ ਨੇ ਵੀ ਉਹਨਾਂ ਨੇ ਮੈਨੂੰ ਭਾਈ ਨਹੀਂ ਬਦਲ ਦਿੱਤਾ। ਫਿਰ ਕੀ ਗੱਲ ਹੋਈ, ਇੱਕ ਹਿੰਦੂ ਮਹਾਸਭਾ ਦੇ ਡਾਕਟਰ ਮੁੰਜੇ ਸੀਗੇ ਅਤੇ ਇੱਕ ਮਦਰਾਸ ਡਿਫਰੈਂਟ ਕਲਾਸ ਦੇ ਵਿਅਕਤੀ ਨੇ ਰਾਓ ਬਹਾਦਰ, ਰਾਓ ਬਹਾਦਰ ਇਹ ਕਿਤਾਬ ਦਾ ਹੀ ਰੈਫਰੈਂਸ ਬੋਲ ਰਿਹਾ, ਸਭ ਬੈਠੇ ਨੇ ਸਾਹਮਣੇ ਲੇਖਕ, ਅਤੇ ਰਾਓ ਬਹਾਦਰ ਚਾਹੁੰਦਾ ਸੀ ਕਿ ਗੋਲ ਮੇਜ ਕਾਨਫਰੰਸ ਵਿੱਚ ਮੈਂ ਜਾਵਾਂ। ਬੈਠੇ ਨੇ ਬਕਾਇਦਾ ਤੌਰ 'ਤੇ ਨਿੱਕਾ ਜਿਹਾ ਰੈਫਰੈਂਸ ਹੈ, ਗੱਲ ਹੈ ਵੀ ਜੇ ਡਾਕਟਰ ਅੰਬੇਡਕਰ ਨੂੰ ਅੱਗੇ ਕਰ ਲਿਆ ਜਾਂਦਾ ਤਾਂ ਮੈਂ ਰਿਪੀਟ ਮੈਂ ਕਰੂੰਗਾ, ਕਿਉਂਕਿ ਡਿਪਰੈਸਡ ਕਲਾਸਿਸ ਦਾ
ਜਿਹੜਾ ਰਾਓ ਬਹਾਦਰ ਵਿਅਕਤੀ ਹੈ ਰਾਜਾ ਜੀ, ਉਹ ਆਲਰੇਡੀ ਮਦਰਾਸ ਤੋਂ ਸੀ, ਅਸੂਤ ਸੀ, ਅਤੇ ਉਹ ਪਹਿਲਾਂ ਕੰਮ ਕਰ ਰਿਹਾ ਸੀ ਡਿਪਰੈਸਡ ਕਲਾਸਿਸ ਦੇ ਨਾਂ 'ਤੇ, ਡਾਕਟਰ ਸਾਹਿਬ ਬਾਅਦ 'ਚ ਹੁੰਦੇ ਨੇ, ਅਤੇ ਉਹਨੂੰ ਇਹ ਇਤਰਾਜ਼ ਸੀ। ਮੁੰਜੇ ਹਿੰਦੂ ਮਹਾਂਸਭਾ ਦਾ ਪ੍ਰਧਾਨ ਸੀ, ਮਹਾਤਮਾ ਗਾਂਧੀ ਜਿਹੜੇ ਨੇ ਉਹ ਹੁਣ ਬਕਾਇਦਾ ਤੌਰ 'ਤੇ ਮਹਾਤਮਾ ਗਾਂਧੀ ਜਿਹੜੇ ਨੇ ਉਹ ਮੁੰਜੇ ਨੂੰ, ਮੁੰਜੇ ਦਾ ਸੰਪਰਕ ਵਿੱਚ ਨੇ। ਮੁੰਜੇ ਦੀ ਇੱਕ ਲੈਟਰ ਹੈ ਮਹਾਤਮਾ ਗਾਂਧੀ ਨੂੰ, ਮਹਾਤਮਾ ਗਾਂਧੀ ਦੀ ਲੈਟਰ ਹੈ। ਮੈਂ ਚਾਹੁੰਦਾ ਤਾਂ ਨਹੀਂ ਸੀ ਜੇ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਉਹ ਲੈਟਰ ਚਾਹੁੰਦਾ ਵੀ ਤੁਹਾਨੂੰ ਪੜ੍ਹ ਕੇ ਦੱਸ ਦੇਵਾਂ, ਤਾਂ ਜੇ ਤੁਸੀਂ ਇਹ ਨਾ ਕਹੋ ਵੀ ਇਹ ਵੀ ਤੁਸੀਂ ਉੱਠ ਕੇ ਆਏ, ਨਾ ਕਹਿਣ ਲੱਗੋ ਇਹ ਨਹੀਂ ਲਿਖਿਆ ਜੀ, ਇਹ ਨਹੀਂ ਲਿਖਿਆ। ਇਹਦੇ ਵਿੱਚ ਰੈਫਰੈਂਸ ਆ, ਮੁੰਜੇ ਮਹਾਤਮਾ ਗਾਂਧੀ ਨੂੰ ਲਿਖਦੇ ਨੇ ਔਰ ਮਹਾਤਮਾ ਗਾਂਧੀ ਮੁੰਜੇ ਨੂੰ ਕਹਿੰਦਾ ਵੀ ਬਹੁਤ ਵਧੀਆ, ਤੂੰ ਮੇਰੇ ਰਾਹਾਂ 'ਤੇ ਚੱਲ ਰਿਹਾ, ਤੂੰ ਬਹੁਤ ਚੰਗਾ ਕੀਤਾ, ਅਤੇ ਡਾਕਟਰ ਅੰਬੇਡਕਰ ਨੂੰ ਇਹ ਸਾਰਾ ਕੁਝ ਤੂੰ ਕਰ ਰਿਹਾ ਜਿਹੜਾ ਰੋਕ ਰਿਹਾ, ਬਹੁਤ ਵਧੀਆ ਕਰ ਰਿਹਾ। ਮੈਂ ਇਹੀ ਚਾਹੁੰਦਾ ਸੀ। ਇਹਦੇ ਵਿੱਚ ਲੈਟਰ ਹੈ ਬਕਾਇਦਾ ਤੌਰ 'ਤੇ ਮੁੰਜੇ ਅਤੇ ਗਾਂਧੀ ਦੀ ਜਿਹੜੀ ਚਿੱਠੀ ਪੱਤਰ ਹੈ। ਉਹ ਤੋਂ ਬਾਅਦ ਜਿਹੜੇ ਮੁੱਦੇ 'ਤੇ ਅਸੀਂ ਗੱਲ ਕਰਨੀ ਆ ਮੂਲ ਰੂਪ ਵਿੱਚ, ਜਿੱਥੇ ਆ ਕੇ ਗੱਲ ਗੜਬੜ ਹੁੰਦੀ ਹੈ, ਮੁੰਜੇ ਨੇ ਅਤੇ ਡਾਕਟਰ ਅੰਬੇਡਕਰ ਜੀ ਨੇ 1936 ਦੇ ਵਿੱਚ ਇੱਕ ਬੈਠ ਕੇ ਸਟੇਟਮੈਂਟ ਬਣਾਈ ਹੈ। ਉਹ ਜਿਹੜੀ ਸਟੇਟਮੈਂਟ ਹੈ, ਉਹ ਸਟੇਟਮੈਂਟ ਦੇ ਕੁਛ ਪਹਿਰੇ ਨੇ, ਉਹ ਸਟੇਟਮੈਂਟ ਬਕਾਇਦਾ ਤੌਰ 'ਤੇ ਬਹੁਤ ਹੀ ਇੰਪੋਰਟੈਂਟ ਆ ਉਹ ਸਟੇਟਮੈਂਟ। ਉਹ ਸਟੇਟਮੈਂਟ ਵਿੱਚ ਉਹ ਇਹ ਗੱਲ ਰੱਖ ਦਿੰਦੇ ਨੇ ਕਿ ਵੀ ਭਾਈ ਇਹ ਸਟੇਟਮੈਂਟ ਜਿਹੜੀ ਹੈਗੀ ਆ ਡਾਕਟਰ ਮੁੰਜੇ ਨੇ ਨਵੀਂ ਦਿੱਲੀ ਤੋਂ 30 ਜੂਨ 1936 ਨੂੰ ਰਾਓ ਬਹਾਦਰ ਐਮਸੀ ਰਾਜਾ ਨੂੰ ਹੇਠ ਲਿਖਿਆ ਪੱਤਰ ਲਿਖਿਆ। ਮੈਂ ਤਾਂ ਪੜ੍ਹ ਰਿਹਾ ਵੀ ਤੁਸੀਂ ਐਂ ਉੱਠ ਕੇ ਐਂ ਨਾ ਕਰਨ ਲੱਗ ਜਾਓ ਵੀ ਹੈ ਨੀਗਾ, ਹੈ ਨੀਗਾ। ਅਤੇ ਇਹ ਸਟੇਟਮੈਂਟ ਆ ਜਿਹੜੀ ਮੇਰੇ ਸਾਹਮਣੇ ਆ, ਇਹ ਸਟੇਟਮੈਂਟ ਵਿੱਚ ਹੁਣ ਕੀ ਲਿਖਿਆ, ਇਹ ਸਟੇਟਮੈਂਟ ਡਾਕਟਰ ਅੰਬੇਡਕਰ ਅਤੇ ਮੁੰਜੇ ਨੇ ਬਣਾਈ ਅਤੇ ਇਹ ਸਟੇਟਮੈਂਟ ਗੁਪਤ ਰੱਖਣੀ ਸੀ, ਇਹ ਗੁਪਤ ਰੱਖਣੀ ਸੀ। ਡਾਕਟਰ ਅੰਬੇਡਕਰ ਕਹਿੰਦਾ ਜਿੰਨਾ ਚਿਰ ਮੈਂ ਧਰਮ ਬਦਲੀ ਨਹੀਂ ਕਰਦਾ, ਮੇਰੇ ਲੋਕ ਧਰਮ ਬਦਲੀ ਨਹੀਂ ਕਰਦੇ, ਇਹ ਸਟੇਟਮੈਂਟ ਗੁਪਤ ਰੱਖੀ ਜਾਵੇ। ਪ੍ਰੰਤੂ ਮੁੰਜੇ ਨੇ ਰਾਓ ਬਹਾਦਰ ਨੂੰ ਭੇਜ ਦਿੱਤੀ, ਰਾਓ ਬਹਾਦਰ ਨੇ ਬਾਂਬੇ ਕ੍ਰੋਨੀਕਲ ਅਖਬਾਰ ਸੀ ਉਹਦੇ ਵਿੱਚ ਛਪਵਾ ਦਿੱਤੀ, ਛਪਵਾ ਦਿੱਤੀ, ਰੌਲਾ ਪੈ ਗਿਆ। ਅਤੇ ਇਸ ਗੱਲ ਦਾ ਹੁਣ ਇਹਦੇ ਵਿੱਚ ਬਕਾਇਦਾ ਤੌਰ 'ਤੇ ਇਹਦੇ ਹੈਗੇ ਨੇ 1, 2, 3, 4 ਨੇ ਪੰਨਾ ਇਹਦਾ ਹੈਗਾ 198, ਬੈਠੇ ਦੇਖ ਰਹੇ ਨੇ ਤਿੰਦਰਪਾਲ ਸਿੰਘ ਜੀ, 198 ਪੰਨੇ 'ਤੇ 4 ਚੀਜ਼ਾਂ ਨੇ, ਪਹਿਲਾਂ ਚਿੱਠੀ ਹੈ ਅਤੇ 4 ਚੀਜ਼ਾਂ ਨੇ, ਅਤੇ ਫਿਰ ਉਹ ਬਕਾਇਦਾ ਤੌਰ 'ਤੇ ਇਹ ਐਲਾਨਨਾਮਾ ਡਾਕਟਰ ਸਾਹਿਬ ਦਾ ਜਿਹੜਾ ਕਿ ਬਿਲਕੁਲ ਸਪਸ਼ਟ ਸ਼ਬਦਾਂ 'ਚ ਐਲਾਨਨਾਮਾ ਵੀ ਮੈਂ ਭਾਈ ਸਿੱਖ ਧਰਮ ਅਪਣਾ ਲਈ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਬਕਾਇਦਾ ਤੌਰ 'ਤੇ ਪੜ੍ਹ ਦੇਵਾਂ ਇੱਕ ਲਾਈਨ ਹੈ, ਦੇਖੋ ਹਿੰਦੂ ਮਹਾਸਭਾ ਨੂੰ ਇੱਕ ਐਲਾਨ ਲਈ ਤਿਆਰ ਕੀਤਾ ਜਾਵੇਗਾ ਕਿ ਉਹਨਾਂ ਨੇ ਆਪਣੇ ਵਿਚਾਰ ਅਨੁਸਾਰ ਉਹ ਹਿੰਦੂ ਸੱਭਿਆਚਾਰ 'ਚ ਰਹਿਣ ਲਈ ਸਹਿਮਤ ਹੁੰਦਿਆਂ ਹਿੰਦੂ ਮਹਾਸਭਾ ਆਪਣੇ ਆਪ ਨੂੰ ਇੱਕ ਐਲਾਨ ਲਈ ਤਿਆਰ ਕਰੇਗੀ, ਉਸ ਨੂੰ ਇਤਰਾਜ਼ ਨਹੀਂ ਹੋਵੇਗਾ। ਜਤਿੰਦਰਪਾਲ ਜੀ ਜਦੋਂ ਬੋਲ ਰਹੇ ਸੀ ਤੁਸੀਂ ਸਾਰੇ ਕਹਿਣ ਲੱਗੇ ਸੀ ਇਹ ਨਹੀਂ ਹੈ, ਇਹ ਨਹੀਂ ਹੈਗੀ। ਵੀਰ ਜੀ ਸਾਰੇ ਕਿਤਾਬ ਪੜ੍ਹੋ, ਮੈਂ ਬਹੁਤਾ ਨਹੀਂ ਬੋਲਦਾ, ਮੈਂ ਬੰਦ ਕਰ ਦੂੰਗਾ, ਮੈਂ ਕਿਤਾਬ ਇੱਕ ਵਾਰੀ ਪੜ੍ਹ ਲਈ, ਪਤਾ ਮੈਂ 10 ਵਾਰੀ ਹੋਰ ਪੜ੍ਹੂੰਗਾ ਇਹਨੂੰ, ਤੁਸੀਂ ਵੀ ਪੜ੍ਹਨੀ ਹੈ ਇਹ ਕਿਤਾਬ। ਫਿਰ ਅੱਗੇ ਕੀ ਲਿਖਿਆ, ਨੰਬਰ 1, ਦੱਬੀਆਂ ਪੁੱਤਣੀਆਂ ਜਾਤਾਂ ਦੀ ਸਿੱਖਿਆ ਸਿੱਖਿਜ਼ਮ ਨੂੰ ਧਰਮ ਬਦਲੀ ਕਰਨ, ਸਪਸ਼ਟ ਸ਼ਬਦਾਂ 'ਚ ਲਿਖਿਆ ਹੈ ਵੀ ਦੱਬੀਆਂ ਪੁੱਤਣੀਆਂ ਜਾਤਾਂ ਸਿੱਖਿਜ਼ਮ ਵਿੱਚ ਚਲੀਆਂ ਜਾਣ, ਆਹ ਲਿਖੀ ਹੋਈ ਲਾਈਨ ਆ ਬਕਾਇਦਾ ਤੌਰ 'ਤੇ ਇੱਕ ਨੰਬਰ ਪਾ ਕੇ ਲਿਖਿਆ ਹੋਇਆ। ਦੂਜੇ ਨੰਬਰ 'ਤੇ ਨਵੇਂ ਸਿੱਖਾਂ ਨੂੰ ਸ਼ਡਿਊਲ ਕਾਸਟ ਦੀ ਲਿਸਟ ਵਿੱਚ ਸ਼ਾਮਲ ਕਰਨ, ਨਵੇਂ ਜਿਹੜੇ ਉਹ ਸਿੱਖ ਬਣ ਗਏ ਫਿਰ ਉਹਨੂੰ ਕਿੱਥੇ ਸ਼ਾਮਲ ਕਰਨਾ, ਸ਼ਡਿਊਲ ਕਾਸਟ ਦੀ ਲਿਸਟ ਵਿੱਚ ਸ਼ਾਮਲ ਕਰਨ। ਕਿਉਂ ਮੈਂ ਦੱਸਦਾ ਕਿਉਂ, ਮਹਾਤਮਾ ਗਾਂਧੀ ਕਹਿੰਦਾ ਸੀ
ਤੇ ਇਹ ਸਾਰੇ ਲਾਣਾ ਜਿਹੜਾ ਕਾਂਗਰਸ ਐਂਡ ਅਦਰ ਚਾਰ ਪੰਜ ਵਿਅਕਤੀ ਜਿਨ੍ਹਾਂ ਦਾ ਅਸੀਂ ਵਾਰ ਵਾਰ ਨਾਂ ਲਿਆ, ਜਿਹੜੇ ਧਰਮ ਬਦਲੀ ਕਰਨ ਤੋਂ ਰੋਕਤੇ ਸੀ, ਉਹ ਕਹਿੰਦੇ ਸੀ ਲੈ ਵੀ ਪੁੰਨਾ ਪੈਕਟ ਨਹੀਂ ਤਾਂ ਲੰਘੂਗਾ ਜੇ ਸਿੱਖ ਬਣ ਗਏ। ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਿਓ ਵੀਰੋ, ਵੀ ਤੁਨਾ ਤੁਹਾਨੂੰ ਪੂਨਾ ਪੈਕਟ ਦੀਆਂ ਸਹੂਲਤਾਂ ਬਿਲਕੁਲ ਨਹੀਂ ਮਿਲਣਗੀਆਂ ਜੇਕਰ ਤੁਸੀਂ ਧਰਮ ਬਦਲੀ ਕਰ ਲਿਆ। ਡਾਕਟਰ ਸਾਹਿਬ ਨੇ ਜਿਹੜਾ ਗੁਪਤ ਏਜੰਡਾ ਤਿਆਰ ਕੀਤਾ ਉਹਦੀ ਦੂਜੀ ਲੈਣਾ ਨਵੇਂ ਸਿੱਖਾਂ ਨੂੰ ਸਲੂਕਾਸਟ ਦੀ ਲਿਸਟ ਵਿੱਚ ਸ਼ਾਮਿਲ ਕਰਨ। ਥਰਡ ਤੇ ਤੀਜਾ, ਦੱਬੀਆਂ ਗੁਜਰੀਆਂ ਜਾਤਾਂ ਦੁਆਰਾ ਗੈਰ ਸਿੱਖਾਂ ਅਤੇ ਦੱਬੀਆਂ ਗੁਜਰੀਆਂ ਜਾਤਾਂ ਜੋ ਬਣੇ ਨਵੇਂ ਸਿੱਖਾਂ ਦਰਮਿਆਨ ਪੂਨਾ ਪੈਕਟ ਦੇ ਰਾਜਨੀਤਿਕ ਹੱਕਾਂ ਦੁਆਰਾ ਆਜ਼ਾਦ ਮੁਕਾਬਲੇ ਦਾ ਆਨੰਦ ਮਾਣਨ ਜਿਵੇਂ ਪੂਨਾ ਪੈਕਟ ਅਧੀਨ ਦਿੱਤੇ ਗਏ ਹਨ। ਸਾਰਾ ਕੁਝ ਗਾਂਧੀ ਤੇ ਉਹਦੇ ਲੋਕਾਂ ਨੇ ਸਾਡੇ ਲੋਕਾਂ ਨੂੰ ਡਾਕਟਰ ਅੰਬੇਡਕਰ ਦੇ ਖਿਲਾਫ ਕਰ ਲਿਆ, ਫਿਰ ਡਾਕਟਰ ਅੰਬੇਡਕਰ ਦੇ ਖਿਲਾਫ ਕਰ ਲਿਆ, ਪਰੰਤੂ ਆਹ ਜਿਹੜਾ ਗੁਪਤ ਦਸਤਾਵੇਜ਼ ਸੀ ਉਹਦੇ ਵਿੱਚ ਬਕਾਇਦਾ ਤੌਰ 'ਤੇ ਡਾਕਟਰ ਅੰਬੇਡਕਰ ਸਿੱਖ ਧਰਮ ਜੁਆਇਨ ਕਰਨ ਦਾ ਅਹਿਦ ਕੀਤਾ ਹੋਇਆ ਲਿਖਿਆ ਹੋਇਆ। ਫਿਰ ਉਹ ਇਹ ਇਕੱਲਾ ਇਹ ਨਹੀਂ ਕੀਤਾ, ਉਹ ਕਹਿੰਦੇ ਫਿਰ ਇਹਨਾਂ ਨੂੰ ਸਹੂਲਤਾਂ ਸਾਰੀਆਂ ਪੂਨਾ ਪੈਕਟ ਵਾਲੀਆਂ ਮਿਲਣਗੀਆਂ ਬਕਾਇਦਾ। ਇਹ ਸਾਰੀ ਗੱਲ ਸਪਸ਼ਟ ਹੋ ਗਈ। ਮੈਂ ਸਰ ਚਾਰ ਚੀਜ਼ਾਂ ਪੜ੍ਹੀਆਂ ਨੇ, ਅੱਗੇ ਨਹੀਂ ਜ਼ਿਆਦਾ ਨਹੀਂ ਪੜੂੰਗਾ। ਹਾਂਜੀ ਹਾਂਜੀ, ਦੋਨਾਂ ਦੇ ਸਿਗਨੇਚਰ ਨੇ, ਸਾਰਾ ਕੁਛ ਪੈਕਟ ਹੈ ਬਕਾਇਦਾ ਤੌਰ 'ਤੇ, ਮੁੰਜੇ ਦਾ ਤਾਂ ਉਹਦਾ ਉਹ ਇਹ। ਹੁਣ ਆਪਾਂ ਮੈਨੂੰ ਇਹ ਦੱਸੋ ਵੀ ਜਦੋਂ ਅਸੀਂ ਸਿੱਖਾਂ ਨੂੰ ਕਹਿੰਦੇ ਹਾਂ, ਜਾਂ ਜਿਹੜੀ ਗੱਲ ਮੈਂ ਸ਼ੁਰੂ ਕਿੱਥੋਂ ਕੀਤੀ ਗਈ ਵੀ ਇੱਕ ਸੁਣੀ ਸੁਣਾਈ ਗੱਲ ਜਿਹੜੀ ਕਿ ਸਾਡੇ ਸਰਦਾਰ ਕਪੂਰ ਸਿੰਘ ICS ਬਹੁਤ ਹੀ ਸਤਿਕਾਰਯੋਗ ਲੇਖਕ ਨੇ, ਦੋ ਵਿਅਕਤੀਆਂ ਤੋਂ, ਆਪਣੇ ਹਰਨਾਮ ਸਿੰਘ ਝੱਲਾ ਤੋਂ ਅਤੇ ਇੰਦਰ ਸਿੰਘ ਨਾਂ ਦਾ ਐਡਵੋਕੇਟ, ਉਹ ਤੋਂ ਸੁਣੀ। ਇੰਦਰ ਸਿੰਘ ਐਡਵੋਕੇਟ ਨੇ, ਹੁਣ ਤੁਸੀਂ ਮੈਂ ਹੋਰ ਬੁਰਾ ਨਹੀਂ ਕੋਈ ਸ਼ਬਦ ਪੜ੍ਹਦਾ, ਇੰਦਰ ਸਿੰਘ ਐਡਵੋਕੇਟ ਉਹਦਾ ਗੁਆਂਢੀ ਸੀ। ਇੰਦਰ ਸਿੰਘ ਐਡਵੋਕੇਟ ਨੇ ਹਰਨਾਮ ਸਿੰਘ ਝੱਲਾ ਤੋਂ ਸੁਣੀ। ਹਰਨਾਮ ਸਿੰਘ ਝੱਲਾ ਜਿਹੜਾ ਸੀ ਈਸਰ ਸਿੰਘ ਬਜਾਜ, ਤਾਰਾ ਸਿੰਘ ਅਤੇ ਕਰਤਾ ਆਪਣੇ ਬਹੁਤ ਹੀ ਮਹਾਨ ਹਸਤੀ ਅਤੇ ਜਿਹੜੇ ਸਾਡੇ ਪੰਥ ਦੇ ਚਿੰਤਕ ਮੰਨੇ ਜਾਂਦੇ ਨੇ, ਅਤੇ ਉਹਨਾਂ ਦੇ ਨਾਲ ਉਹ ਕੰਮ ਵਿਚਰ ਰਿਹਾ ਸੀ। ਉਹਨੇ ਹਰਨਾਮ ਸਿੰਘ ਝੱਲਾ ਨੂੰ ਦੱਸੀ, ਝੱਲਾ ਨੇ ਉਹ ਸੁਣੀ ਉਦੋਂ ਜਦੋਂ ਲਾਹੌਰ ਵਿੱਚ ਸੀ, 64 ਵਿੱਚ ਦੱਸਦਾ ਜਾ ਕੇ ਕਪੂਰ ਸਿੰਘ ICS ਨੂੰ ਸੁਣੀ ਸੁਣਾਈ, ਅਤੇ ਉੱਥੋਂ ਇਹ ਅਡੰਬਰ ਖੜਾ ਹੋ ਗਿਆ। ਸਾਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਇਸ ਲਿਖਤ ਦਾ, ਕਲਮ ਦੀ ਨਿੱਕੀ ਜਿਹੀ ਗਲਤੀ ਦਾ, ਅਤੇ ਇਹਦੇ ਇਸ ਨੂੰ ਸਪਸ਼ਟ ਕਰਨ ਲਈ ਐਡਾ ਵੱਡਾ ਗ੍ਰੰਥ ਆ ਜਿਹੜਾ ਉਹਦੀ ਰਚਨਾ ਕਰਨੀ ਪਈ। ਇੰਦਰ ਸਿੰਘ ਕਰਵਾਲ, ਇੰਦਰ ਸਿੰਘ, ਮੈਂ ਇਕੱਲਾ ਇੰਦਰ ਸਿੰਘ ਬੋਲਦਾ, ਇੰਦਰ ਸਿੰਘ ਕਰਵਾਲ ਹੁਣ ਮੈਂ ਉਹ ਦੱਸਣ ਲੱਗਿਆ ਜੀ, ਇੰਦਰ ਸਿੰਘ ਕਰਵਾਲ ਸੀ ਜਿਹੜਾ ਉਹ ਜਾਤ ਪਾਤਕ ਤੋੜਕ ਮੰਡਲ ਦਾ ਸਹਾਇਕ ਸਕੱਤਰ ਸੀ। ਜਾਤ ਪਾਤਕ ਤੋੜਕ ਮੰਡਲ ਨੇ ਲਾਹੌਰ 'ਚ ਇੱਕ ਭਾਸ਼ਣ ਕਰਵਾਉਣਾ ਸੀ ਜਾਤ ਪਾਤ ਤੋੜਨ ਲਈ ਡਾਕਟਰ ਸਾਹਿਬ ਤੋਂ। ਡਾਕਟਰ ਸਾਹਿਬ ਨੇ ਉਹ ਭਾਸ਼ਣ ਲਿਖ ਕੇ ਭੇਜਿਆ, ਡਾਕਟਰ ਸਾਹਿਬ ਨੇ ਉਹ ਭਾਸ਼ਣ ਲਿਖ ਕੇ ਭੇਜਤਾ ਜਾਤ ਪਾਤ ਤੋੜਕ ਮੰਡਲ, ਕਹਿੰਦਾ ਨਾ ਜੀ ਅਸੀਂ ਤਾਂ ਇਹ 'ਚ ਤਬਦੀਲੀਆਂ ਕਰਾਂਗੇ ਤਾਂ ਤੁਹਾਨੂੰ ਬੋਲਣ ਦੇਵਾਂਗੇ। ਉਹ ਕਹਿੰਦੇ ਮੈਂ ਇੱਕ ਕੌਮਾ ਇੱਕ ਬਿੰਦੀ ਨਹੀਂ ਬਦਲਣ ਦਿੰਦਾ ਇਹਦੇ ਵਿੱਚੋਂ। ਉਹ ਪੁਸਤਕ ਤੁਸੀਂ ਅੰਗਰੇਜ਼ੀ ਵਿੱਚ ਅਨਹਿਲ ਦਾ ਕਾਸਟ ਹੈ ਅਤੇ ਪੰਜਾਬੀ ਵਿੱਚ ਜਾਤ ਪਾਤ ਦਾ ਬੀਜ ਨਾਸ ਹੈ ਉਹ ਕਿਤਾਬ। ਉਹਦਾ ਉਹ ਜਾਤ ਪਾਤ ਮੰਡਲ ਦਾ ਉਹ ਸਹਾਇਕ ਸਕੱਤਰ ਸੀ, ਉਹ ਡਾਕਟਰ ਅੰਬੇਡਕਰ ਨਾਲ ਉਸ ਟਾਈਮ ਤੋਂ ਹੀ ਵਿਰੋਧੀ ਭਾਵ ਰੱਖਦਾ ਸੀ। ਇੰਦਰ ਸਿੰਘ ਕਰਵਾਲ ਜਿਹੜਾ ਡਾਕਟਰ ਅੰਬੇਡਕਰ ਨਾਲ ਜਾਤ ਪਾਤ ਤੋੜਕ ਮੰਡਲ ਦੇ ਸਹਾਇਕ ਸਕੱਤਰ ਹੁੰਦਿਆਂ ਵਿਰੋਧੀ ਭਾਵ ਰੱਖਦਾ ਸੀ, ਉਹਨੇ ਦੱਸੀ ਇਹਨੂੰ ਹਰਨਾਮ ਸਿੰਘ ਝੱਲਾ ਨੂੰ, ਅਕਾਲੀ ਲੀਡਰ ਨੂੰ ਉਹਨੇ ਦੱਸੀ ਆਪਣੇ ਸਾਡੇ
ਸਰਦਾਰ ਕਪੂਰ ਸਿੰਘ ICS ਨੂੰ, ਉਹ ਤਾਂ ਐਡਾ ਵੱਡਾ ਬਵਾਲ ਖੜਾ ਹੋ ਗਿਆ ਜਿਹੜਾ ਕਿ ਮਨ ਘੜੰਤ ਹੈ, ਝੂਠ ਹੈ। ਮੈਂ ਨਹੀਂ ਕਹਿ ਰਿਹਾ, ਇਹ ਭਾਈ ਸਾਹਿਬ ਬਕਾਇਦਾ ਤੌਰ 'ਤੇ ਰੈਫਰੈਂਸ ਦੇ ਕੇ ਸਾਰਾ ਗੱਲ ਇਹ ਲਿਖ ਰਹੇ ਨੇ। ਹੁਣ ਮੈਂ ਗੱਲ ਉੱਥੇ ਆਉਣਾ ਜਿੱਥੇ ਅਸੀਂ ਕਰ ਰਹੇ ਸੀ। ਬਸ ਜੀ, ਮੈਂ ਖਤਮ ਕਰ ਦਿੰਦਾ। ਜਿਹੜੀ ਗੱਲ ਮੈਂ ਕਹਿਣੀ ਸੀ ਕਹਿ ਲਈ ਜੀ। ਅਸੀਂ ਇਹ ਕਿਤਾਬ ਆ ਜਿਹੜੀ, ਮੈਂ ਹੋਰ ਵੀ ਨਹੀਂ ਬੋਲੂੰਗਾ, ਮੈਂ ਬੰਦ ਕਰ ਦਿੰਦਾ। ਇਹ ਜਿਹੜੀ ਕਿਤਾਬ ਆ, ਮੈਂ ਕਹੂੰਗਾ ਇਹ ਤੁਹਾਡੇ ਲਈ ਬਕਾਇਦਾ ਤੌਰ 'ਤੇ ਇੱਕ ਅਜਿਹਾ ਗ੍ਰੰਥ, ਰੈਫਰੈਂਸ ਗ੍ਰੰਥ ਹੈ। ਤੁਸੀਂ ਜੇ 100 ਕਿਤਾਬ ਪੜ੍ਹੋਗੇ ਤਾਂ ਇਹ ਤੁਹਾਨੂੰ ਇੱਕ 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 ਕਿਤਾਬ ਵਿੱਚੋਂ 100 ਗ੍ਰੰਥਾਂ ਦਾ ਤੱਤ ਸਾਰ ਮਿਲ ਜਾਏਗਾ। ਅਤੇ ਇਹ ਸਾਰੇ ਰੈਫਰੈਂਸ ਬੁੱਕਸ ਹੈ, ਅਤੇ ਅਜਿਹਾ ਲਿਖ ਕੇ PhD ਦੀਆਂ DLED ਦੀਆਂ ਡਿਗਰੀਆਂ ਮਿਲ ਜਾਂਦੀਆਂ ਨੇ। ਇਹ ਮਲ ਸਿੰਘ ਜੀ ਸਧਾਰਨ ਜੀ ਵਿਅਕਤੀ ਨੇ, ਮੈਂ ਇਹਨਾਂ ਨੂੰ ਨਮਸਕਾਰ ਅਦਾ ਕਰਦਾ, ਮੱਥਾ ਟੇਕਦਾ। ਮੇਰੇ ਨਾਲ ਇਹ ਪਿਛਲੇ 2 ਸਾਲ ਤੋਂ ਅੱਧਾ ਅੱਧਾ ਘੰਟਾ ਗੱਲ ਕਰਦੇ ਰਹੇ ਨੇ ਇਸ ਪੁਸਤਕ 'ਤੇ। ਮੈਂ ਕੁਛ ਨਹੀਂ ਕੀਤਾ, ਮੈਂ ਰੈਫਰੈਂਸ ਜਾਂ ਗੱਲਾਂ ਬਾਤਾਂ ਪ੍ਰੂਵ ਕਰਵਾਉਂਦਾ ਰਿਹਾ ਵੀ ਇਹ ਨਹੀਂ, ਇਹ ਇਹ ਨਹੀਂ, ਇਹ ਇਹ ਨਹੀਂ। ਇਹ ਕਿਤਾਬ ਵੱਧਦੀ ਵੱਧਦੀ ਇੱਥੇ ਤੱਕ ਇਹ ਪਹੁੰਚੀ 2 ਸਾਲਾਂ ਦੇ ਵਿੱਚ। ਫਿਰ ਪੈਸੇ ਦਾ ਮਸਲਾ ਹੋਇਆ ਸੀ। ਇਹ ਚਲੋ, ਇਹ ਗੱਲਾਂ ਛੱਡੋ। ਹੁਣ ਡਾਕਟਰ ਅੰਬੇਡਕਰ ਜਿਹੜੇ ਸੀ, ਫਿਰ ਕਿਉਂ ਇਨਕਾਰ ਕਰਦੇ ਨੇ, ਬਹੁਤ ਧਰਮ ਵੱਲ ਕਿਉਂ ਜਾਂਦੇ ਨੇ? ਇਹ ਇੱਕ ਵੱਖਰੀਆਂ ਗੱਲਾਂ ਨੇ। ਉਹ ਤਾਂ ਬਣਨਾ ਹੀ ਸਿੱਖ ਚਾਹੁੰਦੇ ਸੀ, ਉਹਦੇ ਵਿੱਚ ਸਿੱਖ ਲੀਡਰਾਂ ਦਾ ਕੋਈ ਵੀ ਰੋਲ ਨਹੀਂ ਹੈ। ਉਹ ਤੋਂ ਬਾਅਦ ਉਹ ਜਜ਼ੀਰੇ ਚਲੇ ਜਾਂਦੇ ਨੇ, ਬੈਠ ਜਾਂਦੇ ਨੇ, ਸਿੱਖ ਜਾਂਦੇ ਨੇ। ਅਤੇ ਹੁਣ ਤੁਸੀਂ ਇੱਕ ਵਿਅਕਤੀ, ਇੱਕ ਗੱਲ ਮੇਰੀ ਸੁਣ ਲਵੋ ਬਈ, ਡਾਕਟਰ ਅੰਬੇਡਕਰ ਜੀ ਨੂੰ ਬੰਬੇ ਇੱਕ ਕਾਲਜ ਬਕਾਇਦਾ ਤੌਰ 'ਤੇ ਉਹਨਾਂ ਦੇ ਨਾਂ 'ਤੇ ਰਜਿਸਟਰੀ ਕਰਾਈ, ਕਾਲਜ ਖੋਲ੍ਹ ਕੇ ਦਿੱਤਾ ਵੀ ਡਾਕਟਰ ਸਾਹਿਬ ਇਹਦੇ ਕਰਤਾ ਧਰਤਾ ਤੁਸੀਂ ਹੋ, ਤੁਸੀਂ ਸਾਰੇ ਸਲੂਕਾ ਸਲੋਕਾਂ ਨੂੰ ਇੱਥੇ ਪੜ੍ਹਾਓ। ਪ੍ਰੈਸ ਲਾ ਕੇ ਦਿੱਤੀ, ਤੁਸੀਂ ਆਪਦੇ ਰਸਾਲੇ ਕੱਢੋ, ਮੈਗਜ਼ੀਨ ਕੱਢੋ। ਅਤੇ ਕਿਉਂਕਿ ਇੱਕੋ ਇੱਕ ਬਹਾਦਰ ਵਿਅਕਤੀ ਜਿਹੜਾ ਕਿ 3000 ਸਾਲ ਦੇ ਸਾਡੇ ਇਤਿਹਾਸ ਤੋਂ ਬਾਅਦ ਜੇ ਕਲਮਨਾ ਮਨੁਵਾਦ ਦੇ ਖਿਲਾਫ ਲੜਿਆ, ਉਹ ਡਾਕਟਰ ਭੀਮ ਰਾਓ ਅੰਬੇਡਕਰ ਹੈ। ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਸਾਰੀਆਂ ਛਪੀਆਂ ਹੋਈਆਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਦੀ ਇਕੱਲੀ ਇਕੱਲੀ ਲਿਖਤ ਨੂੰ ਸਾਰੇ ਅਸੀਂ ਪੜ੍ਹੀਏ। ਅਤੇ ਉਹ ਨੀਤੀ ਬੇਟਾ ਸੀ, ਰਾਜਨੀਤੀ ਬੇਟਾ ਘੱਟ ਸੀ, ਅਤੇ ਉਹ ਸਾਨੂੰ ਸਾਡੇ ਸਮਾਜ ਨੂੰ ਗੁਲਾਮੀ ਤੋਂ ਮੁਕਤ ਕਰਾ ਸਕਦੇ ਆ। ਅਤੇ ਇਸੇ ਲਈ ਉਹ ਅਜਿਹੇ ਧਰਮ ਵਿੱਚ ਆਉਣਾ ਚਾਹੁੰਦੇ ਸੀ ਜਿੱਥੇ ਪਹਿਲੇ ਹੀ ਗੁਲਾਮੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਪਹਿਲੀ ਆਵਾਜ਼ ਕਿਹਨੇ ਬੁਲੰਦ ਕੀਤੀ? ਜਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਪਹਿਲੀ ਆਵਾਜ਼ ਬੁਲੰਦ ਹੋ ਗਈ। ਫਿਰ ਨੀਚਾ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, 10ਵੇਂ ਪਾਤਸ਼ਾਹ ਤੱਕ ਗੱਲ ਚਲੀ ਗਈ। ਉਹ ਹੁਣ 10ਵੇਂ ਪਾਤਸ਼ਾਹ ਕੀ ਕਹਿੰਦੇ ਨੇ? ਇਹਨ ਸਿੱਖਣ ਕੋ ਇਹਨੀ ਕੀ ਕਿਰਪਾ ਤੇ ਸਜੇ ਹਮ ਹੈ, ਤੇ ਇਹਨਾਂ ਨੂੰ ਇਹ ਪਾਤਸ਼ਾਹੀ ਦੇਣੀ ਹੈ। ਇਹ ਸਾਰਾ ਕੁਝ ਸਾਡੇ ਸਿੱਖ ਇਤਿਹਾਸ ਵਿੱਚ ਪਿਆ ਸੀ, ਇਸੇ ਕਰਕੇ ਹੀ ਸਿੱਖ ਇਤਿਹਾਸ ਵਿੱਚ ਡਾਕਟਰ ਅੰਬੇਡਕਰ ਨੂੰ ਆਉਣ ਤੋਂ ਬਹੁਤ ਵੱਡੀ ਸਾਜਿਸ਼ ਦੇ ਨਾਲ, ਜਿਹੜੇ ਹਿੰਦੂ ਧਰਮ ਦੇ ਬਹੁਤ ਵੱਡੇ ਮਦਨ ਮੋਹਨ ਮਾਲਵੀਆ, ਮਹਾਤਮਾ ਗਾਂਧੀ, ਡਾਕਟਰ ਮੁੰਜੇ, ਗੋਪਾਲ ਅਚਾਰੀਆ, ਸਾਰਿਆਂ ਦੇ ਨਾਮ ਲੈ ਲਓ ਜਿਹਨਾਂ ਦੇ ਮਰਜ਼ੀ ਨਾਲ, ਉਹਦੇ ਬਕਾਇਦਾ ਤੌਰ 'ਤੇ ਕਾਂਗਰਸ ਦੀ ਸਮੁੱਚੀ ਜਮਾਤ, ਅਤੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਕਿਉਂਕਿ ਇਹ ਕ੍ਰਾਂਤੀ ਲਿਆ ਕੇ ਆਉਣਗੇ। ਅਤੇ ਅੱਜ ਜੇਕਰ ਅਸੀਂ ਉਦੋਂ ਬਾਬਾ ਸਾਹਿਬ ਨਹੀਂ ਬਣੇ, ਸੁੱਖਾ ਜੀ ਨੇ ਕਿਹਾ ਸੀ, ਅਤੇ ਸਰੂਪ ਦੀ ਕਿਹੜੀ ਗੱਲ ਹੈ, ਉਦੋਂ ਨਹੀਂ ਬਣੇ, ਤਾਂ ਹੁਣ ਆਪਾਂ ਸਾਰੇ ਬਣ ਜਾਈਏ, ਅਤੇ ਸਾਰੇ ਬਣ ਕੇ ਬਾਬਾ ਸਾਹਿਬ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਸਾਕਾਰ ਕਰੀਏ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਮੁੜ ਕੇ ਕਹੂੰਗਾ, ਇਸ ਕਿਤਾਬ ਦਾ ਪੰਨਾ ਪੰਨਾ ਨਹੀਂ, ਇਸ ਕਿਤਾਬ ਦਾ ਅੱਖਰ ਅੱਖਰ ਪੜ੍ਹੋ, ਅਤੇ ਫਿਰ ਆਪਾਂ ਕਦੇ ਕੋਈ ਹੋਰ ਗੇਸਟੀ ਹੋਈ ਤਾਂ ਇਹਦੇ 'ਤੇ ਗੱਲ ਕਰਾਂਗੇ। ਅਤੇ ਇਸ ਅੰਤਿਮ ਵਿੱਚ ਜੈ ਭੀਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।